ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦਿੰਦਾ ਜੀ, ਆਮ ਆਦਮੀ ਤੇ ਬੀਜੇਪੀ ਦੀ ਜੀਰੋ ਹੈ, ਦੋਨਾਂ ਦੀ ਜੀਰੋ। ਦਿਲ ਬਹਿਲਾਨੇ ਕੇ ਲਈ ਖਿਆਲ ਅੱਛਾ ਹੈ ਗਾਲੇ, ਬਸ ਇਹੀ ਕਹੂੰਗਾ। ਬੜਾ ਵੱਡਾ ਦਾਵਾ ਕਰ ਰਹੇ ਨੇ ਉਹ, ਬਸ ਇਹੀ ਹੈ, ਕਹਿੰਦੇ ਕਾਂਗਰਸ ਨੂੰ ਵੀ ਇੱਕ ਦੋ ਸੀਟਾਂ ਹੀ ਆਉਣਗੀਆਂ। ਚਲੋ ਜੀ, ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਦਿਲ ਲੱਗਿਆ ਰਹੂਗਾ। ਚਲੋ ਇਸ ਬਹਾਨੇ ਸੁਖਬੀਰਵਾਲ ਨੂੰ ਕੀ ਕਹੋਗੇ? ਬੈਸਟ ਆਫ ਲੱਕ ਜੀ। ਹੋਰ ਕਿਸ ਤਰ੍ਹਾਂ ਦਾ ਹੰਗਾਰਾ ਕਰ ਰਿਹਾ ਪਿੰਡਾਂ ਦੇ ਵਿੱਚ? ਪਿੰਡਾਂ 'ਚ ਸਾਨੂੰ ਬਹੁਤ ਵਧੀਆ, ਤੁਸੀਂ ਦੇਖ ਲਓ ਆ ਲੋਕ ਦੇਖ ਲਓ ਕਿਵੇਂ ਇੰਨੀ ਗਰਮੀ 'ਚ ਦੋ ਦੋ ਤਿੰਨ ਤਿੰਨ ਘੰਟੇ ਵਿਚਾਰੇ ਸਾਡੇ ਇੰਤਜ਼ਾਰ 'ਚ ਬੈਠੇ ਰਹਿੰਦੇ ਨੇ, ਔਰ ਸਾਡਾ ਸਿਰ ਝੁਕਦਾ ਇਹਨਾਂ ਲੋਕਾਂ ਦੇ ਅੱਗੇ ਕਿ ਸਾਨੂੰ ਇੰਨੀ ਮੁਹੱਬਤ ਦੇ ਰਹੇ। ਦਿਲ ਬਹਿਲਾਨੇ ਕੇ ਲਈ ਖਿਆਲ ਅੱਛਾ ਹੈ ਗਾਲੇ, ਬਸ ਇਹੀ ਕਹੂੰਗਾ। ਬੜਾ ਵੱਡਾ ਦਾਵਾ ਕਰ ਰਹੇ ਨੇ ਉਹ, ਬਸ ਇਹੀ ਹੈ, ਕਹਿੰਦੇ ਕਾਂਗਰਸ ਨੂੰ ਵੀ ਇੱਕ ਦੋ ਸੀਟਾਂ ਹੀ ਆਉਣਗੀਆਂ। ਚਲੋ ਜੀ, ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਦਿਲ ਲੱਗਿਆ ਰਹੂਗਾ। ਚਲੋ ਇਸ ਬਹਾਨੇ ਸੁਖਬੀਰਵਾਲ ਨੂੰ ਕੀ ਕਹੋਗੇ? ਬੈਸਟ ਆਫ ਲੱਕ ਜੀ। ਹੋਰ ਕਿਸ ਤਰ੍ਹਾਂ ਦਾ ਹੰਗਾਰਾ ਕਰ ਰਿਹਾ ਪਿੰਡਾਂ ਦੇ ਵਿੱਚ? ਪਿੰਡਾਂ 'ਚ ਸਾਨੂੰ ਬਹੁਤ ਵਧੀਆ, ਤੁਸੀਂ ਦੇਖ ਲਓ ਆ ਲੋਕ ਦੇਖ ਲਓ ਕਿਵੇਂ ਇੰਨੀ ਗਰਮੀ 'ਚ ਦੋ ਦੋ ਤਿੰਨ ਤਿੰਨ ਘੰਟੇ ਵਿਚਾਰੇ ਸਾਡੇ ਇੰਤਜ਼ਾਰ 'ਚ ਬੈਠੇ ਰਹਿੰਦੇ ਨੇ, ਔਰ ਸਾਡਾ ਸਿਰ ਝੁਕਦਾ ਇਹਨਾਂ ਲੋਕਾਂ ਦੇ ਅੱਗੇ ਕਿ ਸਾਨੂੰ ਇੰਨੀ ਮੁਹੱਬਤ ਦੇ ਰਹੇ। ਤੇਰਾਂ ਦੀਆਂ ਤੇਰਾਂ ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦਿੰਦਾ ਜੀ, ਆਮ ਆਦਮੀ ਤੇ ਬੀਜੇਪੀ ਦੀ ਜੀਰੋ ਹੈ, ਦੋਨਾਂ ਦੀ ਜੀਰੋ। ਦਿਲ ਬਹਿਲਾਨੇ ਕੇ ਲਈ ਖਿਆਲ ਅੱਛਾ ਹੈ ਗਾਲੇ, ਬਸ ਇਹੀ ਕਹੂੰਗਾ। ਬੜਾ ਵੱਡਾ ਦਾਵਾ ਕਰ ਰਹੇ ਨੇ ਉਹ, ਬਸ ਇਹੀ ਹੈ, ਕਹਿੰਦੇ ਕਾਂਗਰਸ ਨੂੰ ਵੀ ਇੱਕ ਦੋ ਸੀਟਾਂ ਹੀ ਆਉਣਗੀਆਂ। ਚਲੋ ਜੀ, ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਦਿਲ ਲੱਗਿਆ ਰਹੂਗਾ। ਚਲੋ ਇਸ ਬਹਾਨੇ ਸੁਖਬੀਰਵਾਲ ਨੂੰ ਕੀ ਕਹੋਗੇ? ਬੈਸਟ ਆਫ ਲੱਕ ਜੀ। ਹੋਰ ਕਿਸ ਤਰ੍ਹਾਂ ਦਾ ਹੰਗਾਰਾ ਕਰ ਰਿਹਾ ਪਿੰਡਾਂ ਦੇ ਵਿੱਚ? ਪਿੰਡਾਂ 'ਚ ਸਾਨੂੰ ਬਹੁਤ ਵਧੀਆ, ਤੁਸੀਂ ਦੇਖ ਲਓ ਆ ਲੋਕ ਦੇਖ ਲਓ ਕਿਵੇਂ ਇੰਨੀ ਗਰਮੀ 'ਚ ਦੋ ਦੋ ਤਿੰਨ ਤਿੰਨ ਘੰਟੇ ਵਿਚਾਰੇ ਸਾਡੇ ਇੰਤਜ਼ਾਰ 'ਚ ਬੈਠੇ ਰਹਿੰਦੇ ਨੇ, ਔਰ ਸਾਡਾ ਸਿਰ ਝੁਕਦਾ ਇਹਨਾਂ ਲੋਕਾਂ ਦੇ ਅੱਗੇ ਕਿ ਸਾਨੂੰ ਇੰਨੀ ਮੁਹੱਬਤ ਦੇ ਰਹੇ। ਤੇਰਾਂ ਦੀਆਂ ਤੇਰਾਂ ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦਿੰਦਾ ਜੀ, ਆਮ ਆਦਮੀ ਤੇ ਬੀਜੇਪੀ ਦੀ ਜੀਰੋ ਹੈ, ਦੋਨਾਂ ਦੀ ਜੀਰੋ। ਦਿਲ ਬਹਿਲਾਨੇ ਕੇ ਲਈ ਖਿਆਲ ਅੱਛਾ ਹੈ ਗਾਲੇ, ਬਸ ਇਹੀ ਕਹੂੰਗਾ। ਬੜਾ ਵੱਡਾ ਦਾਵਾ ਕਰ ਰਹੇ ਨੇ ਉਹ, ਬਸ ਇਹੀ ਹੈ, ਕਹਿੰਦੇ ਕਾਂਗਰਸ ਨੂੰ ਵੀ ਇੱਕ ਦੋ ਸੀਟਾਂ ਹੀ ਆਉਣਗੀਆਂ। ਚਲੋ ਜੀ, ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਦਿਲ ਲੱਗਿਆ ਰਹੂਗਾ। ਚਲੋ ਇਸ ਬਹਾਨੇ ਸੁਖਬੀਰਵਾਲ ਨੂੰ ਕੀ ਕਹੋਗੇ? ਬੈਸਟ ਆਫ ਲੱਕ ਜੀ। ਹੋਰ ਕਿਸ ਤਰ੍ਹਾਂ ਦਾ ਹੰਗਾਰਾ ਕਰ ਰਿਹਾ ਪਿੰਡਾਂ ਦੇ ਵਿੱਚ? ਪਿੰਡਾਂ 'ਚ ਸਾਨੂੰ ਬਹੁਤ ਵਧੀਆ, ਤੁਸੀਂ ਦੇਖ ਲਓ ਆ ਲੋਕ ਦੇਖ ਲਓ ਕਿਵੇਂ ਇੰਨੀ ਗਰਮੀ 'ਚ ਦੋ ਦੋ ਤਿੰਨ ਤਿੰਨ ਘੰਟੇ ਵਿਚਾਰੇ ਸਾਡੇ ਇੰਤਜ਼ਾਰ 'ਚ ਬੈਠੇ ਰਹਿੰਦੇ ਨੇ, ਔਰ ਸਾਡਾ ਸਿਰ ਝੁਕਦਾ ਇਹਨਾਂ ਲੋਕਾਂ ਦੇ ਅੱਗੇ ਕਿ ਸਾਨੂੰ ਇੰਨੀ ਮੁਹੱਬਤ ਦੇ ਰਹੇ। ਤੇਰਾਂ ਦੀਆਂ ਤੇਰਾਂ ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦਿੰਦਾ ਜੀ, ਆਮ ਆਦਮੀ ਤੇ ਬੀਜੇਪੀ ਦੀ ਜੀਰੋ ਹੈ, ਦੋਨਾਂ ਦੀ ਜੀਰੋ। ਦਿਲ ਬਹਿਲਾਨੇ ਕੇ ਲਈ ਖਿਆਲ ਅੱਛਾ ਹੈ ਗਾਲੇ, ਬਸ ਇਹੀ ਕਹੂੰਗਾ। ਬੜਾ ਵੱਡਾ ਦਾਵਾ ਕਰ ਰਹੇ ਨੇ ਉਹ, ਬਸ ਇਹੀ ਹੈ, ਕਹਿੰਦੇ ਕਾਂਗਰਸ ਨੂੰ ਵੀ ਇੱਕ ਦੋ ਸੀਟਾਂ ਹੀ ਆਉਣਗੀਆਂ। ਚਲੋ ਜੀ, ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਦਿਲ ਲੱਗਿਆ ਰਹੂਗਾ। ਚਲੋ ਇਸ ਬਹਾਨੇ ਸੁਖਬੀਰਵਾਲ ਨੂੰ ਕੀ ਕਹੋਗੇ? ਬੈਸਟ ਆਫ ਲੱਕ ਜੀ। ਹੋਰ ਕਿਸ ਤਰ੍ਹਾਂ ਦਾ ਹੰਗਾਰਾ ਕਰ ਰਿਹਾ ਪਿੰਡਾਂ ਦੇ ਵਿੱਚ? ਪਿੰਡਾਂ 'ਚ ਸਾਨੂੰ ਬਹੁਤ ਵਧੀਆ, ਤੁਸੀਂ ਦੇਖ ਲਓ ਆ ਲੋਕ ਦੇਖ ਲਓ ਕਿਵੇਂ ਇੰਨੀ ਗਰਮੀ 'ਚ ਦੋ ਦੋ ਤਿੰਨ ਤਿੰਨ ਘੰਟੇ ਵਿਚਾਰੇ ਸਾਡੇ ਇੰਤਜ਼ਾਰ 'ਚ ਬੈਠੇ ਰਹਿੰਦੇ ਨੇ, ਔਰ ਸਾਡਾ ਸਿਰ ਝੁਕਦਾ ਇਹਨਾਂ ਲੋਕਾਂ ਦੇ ਅੱਗੇ ਕਿ ਸਾਨੂੰ ਇੰਨੀ ਮੁਹੱਬਤ ਦੇ ਰਹੇ। ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ? ਤੇਰਾਂ ਦੀਆਂ ਤੇਰਾਂ।